अब मैं कौन उपाय करूं, अब मैं कौन उपाय करूं। अब मैं कौन मन का संसार चुके, जय विद मन का संसार चुके, भावनित पार परो, भावनित पार परो, अब मैं कौन उपाय करूं, कौन उपाय करूं, जन्म उपाय छुपालो ना की ना जन जन जा Yeah.
जन्म पाए कछु भलो ना पस जो उदेर
ਬਸ ਜਿਆ ਉਧਰ ਭਰਾ
जन्म पाए कछु पलो न किनो जन्म पाए कछु पलो न किनो ताते अधिक डरो कौन उपाय करो मन बच कर्म हार गुण नहीं गाए ये जी सोच धरो गुरुमत सुन कछ ज्ञान ना पुजे बस जो उधर भरो कौन उपाय करो जय विद मन को संसार चुके गुरु तेग बहादुर पातशाह जी दी बाणी दा शब्द आज एक अनोखा मसला लै के साडे सामने आया है संसार जिंदा मुख केंद्री लफज है संसार बाकी तो उपाओ है संसार केंद्र ने ਅੱਖਰੀ ਅਰਥ ਕਰਦੇ ਹਾਂ ਸੰਸੇ ਦਾ ਅਰਥ ਹੁੰਦਾ ਫਿਕਰ ਚਿੰਤਾ ਇਹ ਕੋਈ ਅਣਜਾਣਿਆ ਲਫ਼ਜ਼ ਨਹੀਂ ਦੁਨੀਆਂ ਦਾ ਕੋਈ ਮਨੁੱਖ ਸੰਸਾਰ ਵਿੱਚ ਰਹਿਣ ਵਾਲਾ ਇਹ ਆਖ ਸਕਦਾ ਹੈ ਕਿ ਮੈਂ ਚਿੰਤਾ ਨੂੰ ਨਹੀਂ ਜਾਣਦਾ ਫਿਕਰ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਨਹੀਂ ਜਨਮ ਤੋਂ ਹੀ ਜ਼ਰਾ ਵੱਡਾ ਹੁੰਦਾ ਹੈ ਅਤੇ ਚਿੰਤਾ ਫਿਕਰ ਲੱਗ ਜਾਂਦੇ ਨੇ ਪਹਿਲਾਂ ਖਿਡੌਣਿਆਂ ਦੇ ਫਿਰ ਦੋਸਤਾਂ ਦੇ ਦੋਸਤੀ ਦੇ ਫਿਰ ਰਿਸ਼ਤਿਆਂ ਨੂੰ ਸੰਭਾਲਣ ਦੇ ਕਾਰੋਬਾਰ ਦੇ ਬੜੇ ਫਿਕਰ ਨੇ ਚਿੰਤਾ ਮਨੁੱਖ ਦੇ ਜੀਵਨ ਦਾ ਹਿੱਸਾ ਬਣ ਗਈ ਬਲਕਿ ਗੁਰੂ ਨੇ ਤਾਂ ਇਹ ਕਹਿ ਦਿੱਤਾ ਹੈ ਗ੍ਰਸਤ ਮੈਂ ਚਿੰਤ ਗ੍ਰਸਤੀ ਦੀ ਨਿਸ਼ਾਨੀ ਇਹ ਹੈ ਕਿ ਉਹ ਚਿੰਤਾਵਾਂ ਨਾਲ ਘਿਰਿਆ ਹੋਇਆ ਹੈ ਜਿੰਨੀਆਂ ਚਿੰਤਾ ਗ੍ਰਸਤੀ ਨੂੰ ਨੇ ਕਈ ਲੋਕ ਉਹਨਾਂ ਚਿੰਤਾਵਾਂ ਤੋਂ ਡਰਦੇ ਭੱਜ ਕੇ ਡੇਰਿਆਂ ਵਿੱਚ ਜੰਗਲਾਂ ਵਿੱਚ ਸਹਾਰਾ ਲੈਂਦੇ ਨੇ ਤਾਂ ਕਿ ਅਸੀਂ ਚਿੰਤਾ ਤੋਂ ਬਚ ਜਾਈਏ ਕ
ਘਰ ਵਿੱਚ ਗ੍ਰਸਤ ਵਿੱਚ ਇੱਕ ਚਿੰਤਾ ਦਾ ਉਪਾਅ ਸੋਚਦਿਆਂ ਕਰਦਿਆਂ ਵੀ ਆਹ ਚਿੰਤਾ ਨੂੰ ਅਸੀਂ ਦੂਰ ਕਰ ਲਈਏ, ਅਗਲੀ ਚਿੰਤਾ ਖੜੀ ਹੋ ਜਾਂਦੀ ਹੈ। ਪਹਿਲੇ ਚਿੰਤਾ ਸੀ ਬੱਚੇ ਦਾ ਵਿਆਹ ਕਰਨਾ, ਫਿਰ ਚਿੰਤਾ ਇਹਦੇ ਘਰ ਸੰਤਾਨ ਨਹੀਂ ਅਜੇ ਤੱਕ ਹੋਈ, ਫਿਰ ਚਿੰਤਾ ਇਸ ਸੰਤਾਨ ਨੂੰ ਪੜ੍ਹਾਉਣਾ ਕਿਵੇਂ ਹੈ। ਪੜ੍ਹ ਗਿਆ ਹੈ ਹੁਣ ਨੌਕਰੀ ਕਿਵੇਂ ਮਿਲੇ। ਚਿੰਤਾ ਵਿੱਚੋਂ ਚਿੰਤਾ ਪੈਦਾ ਹੁੰਦੀਆਂ ਗਈਆਂ, ਜੀਵਨ ਭਰ ਚਿੰਤਾ ਹੀ ਕਰਦਾ ਰਿਹਾ। ਪਰਿਵਾਰ ਦੀ ਚਿੰਤਾ, ਕਾਰੋਬਾਰ ਦੀ ਚਿੰਤਾ, ਰੋਗਾਂ ਤੋਂ ਬਚਣ ਦੀ ਚਿੰਤਾ, ਦੁਸ਼ਮਣਾਂ ਤੋਂ ਬਚਣ ਦੀ ਚਿੰਤਾ, ਜਿਹੜਾ ਮੌਸਮ ਵੀ ਅਨੁਕੂਲ ਨਾ ਹੋਵੇ ਤਾਂ ਮਨੁੱਖ ਚਿੰਤਾ ਕਰਨ ਲੱਗ ਪੈਂਦਾ। ਹਾਲਾਂਕਿ ਮੌਸਮ ਇਹਦੇ ਵੱਸ ਨਹੀਂ ਹੁੰਦਾ, ਨਾ ਇਹਨੇ ਬੁਲਾਇਆ ਹੁੰਦਾ, ਨਾ ਇਹ ਉਸ ਮੌਸਮ ਨੂੰ ਬਦਲ ਸਕਦਾ, ਪਰ ਚਿੰਤਾ ਕਰ ਰਿਹਾ ਹੈ। ਇਸ ਵਾਰ ਗਰਮੀ ਬਹੁਤ ਪੈ ਰਹੀ ਹੈ, ਪਤਾ ਨਹੀਂ ਕਿਵੇਂ ਗੁਜ਼ਰੇਗੀ। ਚਿੰਤਾ ਮਨੁੱਖ ਦੇ ਜੀਵਨ ਦਾ ਹਿੱਸਾ ਹੈ, ਪਰ ਕਿਹੜੀ ਅਜੀਬ ਗੱਲ ਹੈ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਸ ਸ਼ਬਦ ਦੀ ਰੋਸ਼ਨੀ ਵਿੱਚ ਚਿੰਤਾ ਤਾਂ ਦੁਨੀਆ ਦੇ ਹਰ ਮਨੁੱਖ ਨੂੰ ਹੈ, ਜਾਣੇ ਅਣਜਾਣੇ ਹੈ, ਪਰ ਕਿਹੜੀ ਅਜੀਬ ਗੱਲ ਹੈ ਇੱਕ ਚਿੰਤਾ ਜਿਸ ਦਾ ਜ਼ਿਕਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਅੱਜ ਸ਼ਬਦ ਵਿੱਚ ਕੀਤਾ ਹੈ। ਮੈਂ ਤੁਹਾਡੇ ਕੋਲੋਂ ਉਹ ਬਕਾਇਦਾ ਤਰਤੀਬ ਨਾਲ ਪੁੱਛਣਾ ਚਾਹੁੰਦਾ ਵੀ ਉਹ ਚਿੰਤਾ ਵੀ ਸਾਡੀ ਚਿੰਤਾ ਦੀ ਲਿਸਟ ਵਿੱਚ ਹੈ। ਬਹੁਤ ਸਾਰੀਆਂ ਚਿੰਤਾਵਾਂ ਨੇ, ਬੜੀ ਵੱਡੀ ਲਿਸਟ ਹੈ ਜੀਵਨ ਦੀ, ਕਿਉਂਕਿ ਮਨੁੱਖ ਚਿੰਤਾਵਾਂ ਨਾਲ ਘਿਰਿਆ ਹੋਇਆ ਹੈ। ਪਰ ਕਿਹੜੀ ਅਜੀਬ ਗੱਲ ਹੈ, ਇੰਨੀਆਂ ਚਿੰਤਾਵਾਂ ਕਰਦਾ 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 ਇਹ ਗੱਲ ਕਿਉਂ ਭੁੱਲ ਗਿਆ ਜਿਹੜੀ ਚਿੰਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕੀਤੀ, ਉਹ ਚਿੰਤਾ ਸਾਡੀ ਲਿਸਟ ਵਿੱਚ ਨਹੀਂ। ਲਓ ਹੁਣ ਆਪਾਂ ਉਸ ਚਿੰਤਾ ਜਿਹੜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕੀਤੀ ਹੈ ਉਸ ਚਿੰਤਾ ਨੂੰ ਸਮਝ ਲਈਏ ਅਤੇ ਫਿਰ ਗਰੇਬਾਂ ਵਿੱਚ ਝਾਤ ਮਾਰੀਏ। ਭਲਾ ਉਹ ਚਿੰਤਾ ਸਾਡੀ ਲਿਸਟ ਵਿੱਚ ਹੈ, ਕਿਉਂਕਿ ਹਰ ਚਿੰਤਾ ਕੋਈ ਉਪਾਅ ਭਾਲਦੀ ਹੈ। ਮਨੁੱਖ ਜਦੋਂ ਕਿਸੇ ਚੀਜ਼ ਦੀ ਚਿੰਤਾ ਕਰਦਾ ਤਾਂ ਉਹਦਾ ਫਿਰ ਉਪਾਅ ਲੱਭਦਾ ਵੀ ਇਹ ਚਿੰਤਾ ਕਿਵੇਂ ਹੱਲ ਹੋਵੇ। ਸਰਦੀ ਆਉਂਦੀ ਹੈ, ਚਿੰਤਾ ਹੈ, ਇਸ ਲਈ ਗਰਮ ਕੱਪੜੇ ਸਵਾ ਲਓ, ਹੀਟਰ ਲਵਾ ਲਓ, ਉਪਾਅ ਹੈ ਨਾ। ਗਰਮੀ ਆ ਗਈ ਹੈ, ਚਿੰਤਾ ਹੈ ਬੱਚੇ ਕਿਵੇਂ ਗਰਮੀ 'ਚ ਰਹਿਣਗੇ, ਕਿਤੇ ਬਿਮਾਰ ਨਾ ਹੋ ਜਾਣ, ਇਸ ਲਈ ਏ ਸੀ ਲਵਾ ਲਓ,
ਚਿੰਤਾ ਅਤੇ ਚਿੰਤਾ ਵਿੱਚੋਂ ਉਪਾ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਇਹੋ ਦੋ ਲਫ਼ਜ਼ ਵਰਤੇ ਨੇ, ਸੰਸਾਰ ਦਾ ਮਤਲਬ ਚਿੰਤਾ, ਉਪਾ ਉਹਦਾ ਚਿੰਤਾ ਨੂੰ ਖਤਮ ਕਰਨ ਦਾ ਜਿਹੜਾ ਸਾਡੇ ਸਾਹਮਣੇ ਕੋਈ ਸਾਧਨ ਹੋਵੇ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਬਦ ਪੜ੍ਹਾਂਗੇ ਨਾ, ਜਦੋਂ ਧਿਆਨ ਨਾਲ ਸਾਨੂੰ ਸਵਾਦ ਆਵੇਗਾ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਅਬ ਮੈਂ ਉਹ ਦੁਨੀਆਂ ਦੇ ਲੋਕੋ ਮੈਨੂੰ ਦੱਸੋ ਹੁਣ ਮੈਂ ਕੀ ਕਰਾਂ। ਗਰਮੀਆਂ ਸਨ, ਏਸੀ ਲਵਾ ਲਿਆ, ਸਰਦੀਆਂ ਸਨ, ਹੀਟਰ ਲਵਾ ਲਿਆ, ਗਰੀਬੀ ਸੀ, ਕਾਰੋਬਾਰ ਛੇੜ ਲਿਆ, ਹਰ ਚੀਜ਼ ਦਾ ਕੋਈ ਉਪਾਅ ਹੈ ਨਾ। ਅਤੇ ਚਿੰਤਾ ਮੈਨੂੰ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਮੈਂ ਵੀ ਉਹਦਾ ਉਪਾਅ ਚਾਹੁੰਦਾ। ਹੁਣ ਉਸ ਸ਼ਬਦ ਨੂੰ ਦੁਬਾਰਾ ਸਮੜੋ, ਅਬ ਮੈਂ ਕੌਣ ਉਪਾਅ ਕਰਾਂ, ਮੈਂ ਕਿਹੜਾ ਉਪਾਅ ਕਰਾਂ। ਹੁਣ ਸਵਾਲ ਪੈਦਾ ਹੁੰਦਾ ਵੀ ਕਿਸ ਚੀਜ਼ ਦਾ ਉਪਾਅ। ਅਗਲੀ ਲਾਈਨ, ਜੈ ਬਿਦ ਅਰਥ ਹੈ ਜਿਸ ਤਰੀਕੇ ਨਾਲ ਮੇਰਾ ਫਿਕਰ, ਮੇਰੀ ਚਿੰਤਾ ਖਤਮ ਹੋ ਜਾਏ, ਮੈਨੂੰ ਉਹ ਉਪਾਅ ਦੱਸੋ। ਅਬ ਮੈਂ ਕੌਣ ਉਪਾਅ ਕਰੋ, ਜੈ ਬਿਦ ਮਨ ਕੋ ਸੰਸਾਰ ਚੁਕੈ, ਚਿੰਤਾ ਖਤਮ ਹੋ। ਜੈ ਬਿਦ ਮਨ ਕੋ ਸੰਸਾਰ ਚੁਕੈ। ਹੁਣ ਦੇਖਿਓ ਅੱਗੇ ਸਾਰੀ ਗਿਣਤੀ ਉਸ ਸੰਸੇ ਦੀ ਹੈ, ਫਿਕਰ ਕਿਹੜੀ ਕਿਹੜੀ ਚੀਜ਼ ਦਾ ਹੈ, ਅੱਗੇ ਸਾਰੇ ਸ਼ਬਦ ਵਿੱਚ ਉਹ ਗਿਣਤੀ ਹੈ। ਅਤੇ ਉਹ ਦੇਖਿਓ ਭਲਾ ਉਹ ਸਾਡੀਆਂ ਚਿੰਤਾਵਾਂ ਦੀ ਲਿਸਟ ਵਿੱਚ ਵੀ ਹੈ। ਪਹਿਲੀ ਉਸ ਚਿੰਤਾ ਦਾ ਜਿਹੜਾ ਜ਼ਿਕਰ ਕੀਤਾ ਨੇ ਉਹ ਹੈ ਕਿ ਮੈਂ ਸੁਣਿਆ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਲੰਘਣਾ ਹੈ, ਅਤੇ ਮੈਂ ਸੋਚੀ ਪੈ ਗਿਆ, ਚਿੰਤਾ ਹੋ ਗਈ ਹੈ ਵੀ ਕਿਵੇਂ ਪਾਰ ਲੰਘਾਂਗਾ। ਜੈ ਬਿਦ ਮਨ ਕੋ ਸੰਸਾਰ ਚੁਕੈ, ਭਵਨ ਦੁਪਾਰ ਪਰੋ, ਭਵਨ ਦੁਪਾਰ ਪਰੋ, ਬੇੜਾ ਬੰਦ ਨਾ ਸਕਿਓ। ਸੰਸਾਰ ਚਿੰਤਾ, ਮੈਂ ਤੇ ਕੋਈ ਬੇੜਾ ਵੀ ਨਹੀਂ ਬਣਿਆ, ਉਹ ਸਮਾਂ ਗੁਆ ਲਿਆ, ਬੇੜਾ ਬੰਦ ਨਾ ਸਕਿਓ।
ਬੰਧਨ ਕੀ ਵੇਲਾ ਭਰ ਸਰਵਰ ਜਬ ਉਛਲੇ ਭਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ ਜੈ ਬਿਦ ਮਨ ਕੋ ਸੰਸਾ ਚੂਕੇ ਅਬ ਮੈਂ ਕੌਣ ਉਪਾਉ ਕਰੋ ਕੀ ਫਿਕਰ ਹੈ ਸਮੇਂ ਤੇ ਬੇੜਾ ਬੰਨਿਆ ਨੇ ਪਤਾ ਲੱਗਾ ਹੈ ਵੀ ਪਾਰ ਕਰਨਾ ਪੈਣਾ ਅਤੇ ਕਿਵੇਂ ਕਰਾਂਗਾ ਉਹ ਉਪਾਅ ਦੱਸੋ ਹੁਣ ਦੇਖੋ ਚਿੰਤਾਵਾਂ ਦੀ ਲਿਸਟ ਵਿੱਚ ਕਿਤੇ ਅਸੀਂ ਵੀ ਇਹ ਗੱਲ ਸੋਚੀ ਹੈ ਹੁਣ ਅਗਲੀ ਚਿੰਤਾ ਉਸ ਲਿਸਟ ਨੂੰ ਆਪਣੀ ਲਿਸਟ ਨਾਲ ਜੋੜਿਓ ਜਨਮ ਪਾਏ ਕਛ ਭਲੋ ਨਕੀਨੋ ਮਨੁੱਖਾ ਜਨਮ ਤਾਂ ਮਿਲ ਗਿਆ ਪਰ ਕੋਈ ਭਲਾ ਕੰਮ ਕੀਤਾ ਨਹੀਂ ਕਦੀ ਸੋਚਿਆ ਹੈ ਚਿੰਤਾ ਫਿਕਰ ਤਾਂ ਸੋਚ ਵਿੱਚੋਂ ਹੀ ਪੈਦਾ ਹੁੰਦਾ ਨਾ ਜਿਹਨੇ ਸੋਚਣਾ ਹੀ ਨਹੀਂ ਉਹਨੇ ਫਿਕਰ ਕਾਹਦਾ ਕਰਨਾ ਸਤਿਗੁਰੂ ਨੇ ਬਾਣੀ ਅੰਦਰ ਹਰ ਗੱਲ ਦਾ ਜਵਾਬ ਦਿੱਤਾ ਕਹਿੰਦੇ ਨੇ ਇੱਕ ਨਾ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ ਉਹਨਾਂ ਕਦੀ ਸੋਚਿਆ ਹੀ ਨਹੀਂ ਬੇਪਰਵਾਹ ਕਿਹਨੂੰ ਕਹਿੰਦੇ ਨੇ ਜਿਹੜਾ ਕਦੀ ਸੋਚਿਆ ਹੀ ਨਾ ਅਤੇ ਸੋਝੀਵਾਨ ਕਿਹਨੂੰ ਕਹਿੰਦੇ ਨੇ ਜਿਹੜਾ ਹਰ ਵਕਤ ਸੋਚੇ ਕਹਿਣ ਲਈ ਕਹਿਗੇ ਇੱਕ ਨਾ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ ਸੋਚਿਆ ਹੀ ਨਹੀਂ ਹੁਣ ਸੋਚਿਓ ਜਨਮ ਤਾਂ ਆਪਾਂ ਸਾਰਿਆਂ ਨੂੰ ਮਿਲ ਗਿਆ ਮਨੁੱਖਾ ਜਨਮ ਸਾਰਿਆਂ ਨੂੰ ਮਿਲਿਆ ਪਰ ਉਹ ਜਿਹੜਾ ਭਲੋ ਨਾ ਕਿਨੋ ਵਾਲੀ ਗੱਲ ਹੈ ਉਹ ਅਸੀਂ ਕਿੰਨੇ ਨੂੰ ਸੋਚੀਏ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮੈਨੂੰ ਫਿਕਰ ਹੈ ਚਿੰਤਾ ਜਨਮ ਪਾਏ ਕਛ ਭਲੋ ਨਾ ਕਿਨੋ ਤਾਤੇ ਅਧਿਕ ਡਰੋ ਮੈਂ ਇਸ ਲਈ ਮੈਨੂੰ ਡਰ ਲੱਗ ਰਿਹਾ ਨਤੀਜਾ ਕੀ ਨਿਕਲੇਗਾ ਜਰਾ ਜੀਵਨ ਜੋ ਬਣ ਗਿਆ ਕਛ ਕੀਆ ਨਾ ਨੀਕਾ ਇਹ ਸੰਸਾਰ ਬੋਕੋ ਅਨ ਦਿਨ ਵਿਆਪੇ ਇਹ ਫਿਕਰ ਮੈਨੂੰ ਦਿਨ ਰਾਤ ਖਾਇਆ ਜਾਂਦਾ ਓਏ ਕਿ ਬੁਢੇਪਾ ਆ ਗਿਆ ਹੈ ਜੋਬਨ ਚਲਾ ਗਿਆ ਜਰਾ ਜੀਵਨ ਜੋਬਨ ਗਿਆ ਅਤੇ ਜਦੋਂ ਮੈਂ ਦੇਖਣਾ ਮੈਂ ਹੁਣ ਤੱਕ ਕੀ ਕੀਤਾ ਹੈ ਤਾਂ ਮੇਰਾ ਮਨ ਡਰਦਾ
ਤਾਂ ਤੇ ਅਧਿਕ ਡਰੋਂ। ਜਰਾ ਜੀਵਨ ਜੋਬਨ ਗਿਆ, ਕਛ ਕੀਆ ਨਾ ਨੀਕਾ, ਇਹ ਜੀਰਾ ਨਿਰਮੋਲ ਕੋ ਇਹ ਅਮੁੱਲ ਜੀਵਨ ਮਿਲਿਆ ਸੀ, ਤੇ ਤੋਡੀਆਂ ਦੇ ਭਾਅ ਵੇਚ ਦਿੱਤਾ, ਖਤਮ ਕਰ ਦਿੱਤਾ, ਇਹ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ, ਤੇ ਜਿਹੜੀ ਚੀਜ਼ ਕੀਮਤੀ ਐਵੇਂ ਹੀ ਚਲੀ ਜਾਏ ਉਹਨਾਂ ਦਾ ਫਿਕਰ ਤਾਂ ਹੁੰਦਾ ਨਾ, ਪਰ ਹੁੰਦਾ ਉਦੋਂ ਹੈ ਜਦੋਂ ਸੋਝੀ ਹੋਵੇ, ਬੇਪਰਵਾਹੀ ਨਾਲ ਨਹੀਂ ਹੁੰਦਾ। ਮੈਂ ਤਾਂ ਹੈਰਾਨ ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅੱਜ ਦੇ ਇਸ ਮਸਲੇ ਨੂੰ ਸਾਡੇ ਜੀਵਨ ਨਾਲ ਕਿੱਡਾ ਸੰਬੰਧ ਕਰਕੇ ਦੇਖਿਆ। ਕਹਿਣ ਲੱਗੇ ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਤਿੰਨ ਹਿੱਸੇ ਨੇ ਮਨ ਬਚਨ ਕਹਿਣਾ ਬੋਲਣਾ ਤੇ ਕਰਮ ਕੁਝ ਕਰਨਾ। ਮਨੁੱਖ ਕਈ ਵਾਰੀ ਕਈ ਚੰਗੇ ਕੰਮਾਂ ਲਈ ਸੋਚਦਾ ਹੈ, ਮਨ ਵਿੱਚ ਆਉਂਦੇ ਨੇ ਪਰ ਕਰਦਾ ਨਹੀਂ। ਜਿਵੇਂ ਪਹਿਲਾਂ ਕਰੇ ਨਾ ਮਨ ਸੋਚੇ ਉਹਦਾ ਕੋਈ ਫਾਇਦਾ ਹੈ? ਕੋਈ ਭੁੱਖਾ ਦਰਵਾਜ਼ੇ ਤੋਂ ਮੁੜ ਗਿਆ ਹੈ, ਮਨ ਵਿੱਚ ਆਇਆ ਵੀ ਇਹਨੂੰ ਰੋਟੀ ਖਵਾ ਦੇਣੀ ਚਾਹੀਦੀ ਸੀ ਪਰ ਖਵਾਈ ਨਹੀਂ, ਉਹਦਾ ਕੋਈ ਲਾਭ ਹੈ? ਇਸ ਲਈ ਮਨ ਵਿੱਚ ਨਿਰਾ ਸੋਚਣ ਦਾ ਕੋਈ ਫਾਇਦਾ ਨਹੀਂ। ਸੋਚ ਸਾਚਤ ਰਹਿਣ ਵਿਹਾਣੀ ਇੱਕ ਹੈ, ਉਹਨੂੰ ਕਹਿੰਦੇ ਨੇ ਮਨ, ਇੱਕ ਹੈ ਬਚਨ। ਵੀ ਗੱਲ ਕਰਨੀ, ਜਦੋਂ ਵੀ ਗੱਲਾਂ ਕਰਨੀਆਂ ਬਹੁਤ ਚੰਗੀਆਂ ਕਰਨੀਆਂ, ਸੰਸਾਰ ਦਾ ਭਲਾ ਕਰਨਾ ਚਾਹੀਦਾ, ਦੁਨੀਆ 'ਚ ਸੇਵਾ ਕਰਨੀ ਚਾਹੀਦੀ ਹੈ, ਪਰ ਕਰਦਾ ਨਹੀਂ, ਬੋਲਦਾ ਬਚਨ ਕਰਦਾ। ਕੀ ਗੱਲਾਂ ਕਰਨ ਨਾਲ, ਚੰਗੀਆਂ ਗੱਲਾਂ ਕਰਨ ਨਾਲ, ਸੇਵਾ ਦੀਆਂ ਗੱਲਾਂ ਕਰਨ ਨਾਲ, ਕਿਸੇ ਦੀ ਮਦਦ ਕਰਨ ਦੀਆਂ ਗੱਲਾਂ ਕਰਨ ਨਾਲ ਕਿਸੇ ਦੀ ਮਦਦ ਹੋ ਜਾਂਦੀ ਹੈ? ਉਸ ਬਚਨ ਦਾ, ਉਸ ਬੋਲਣ ਦਾ ਵੀ ਕੋਈ ਫਾਇਦਾ ਨਹੀਂ ਜੇ ਉਹਨੇ ਪ੍ਰੈਕਟੀਕਲ ਰੂਪ ਨਹੀਂ ਧਾਰਨ ਕੀਤਾ। ਤੀਜੀ ਅਵਸਥਾ ਹੈ ਕਰਮ, ਮਨ ਬਚ ਕਰਮ, ਤਿੰਨ ਲਫ਼ਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਵਾਰ ਆਏ ਨੇ। ਤੀਜਾ ਲਫ਼ਜ਼ ਹੈ ਕਰਮ, ਕਿ ਜੋ ਕੁਝ ਤੂੰ ਸੋਚਿਆ ਉਹ ਹੀ ਬੋਲੀ, ਅਤੇ ਜੋ ਤੂੰ ਬੋਲਿਆ ਉਹ ਕਰਕੇ ਦਿਖਾਈ। ਇਹਨੂੰ ਕਹਿੰਦੇ ਨੇ ਬਾਅਦ ਬਾਅਦ 'ਚ ਕਰਮ, ਤਿੰਨ ਚੀਜ਼ਾਂ ਦਾ ਇਕੱਠਾ ਹੋਣਾ। ਜੋ ਤੂੰ ਸੋਚਿਆ ਉਹ ਹੀ ਬੋਲੀ, ਇਹ ਨਾ ਹੋਵੇ ਅੰਦਰੋਂ ਕੁਝ ਹੋਰ ਹੋਵੇ ਅਤੇ ਬਾਹਰੋਂ ਕੁਝ ਹੋਰ ਹੋਵੇ। ਅਤੇ ਜੋ ਕੁਝ ਬੋਲਿਆ, ਜੋ ਕੁਝ ਤੂੰ ਕਿਹਾ ਉਹ ਕਰਕੇ ਦਿਖਾਈ, ਇਹ ਨਾ ਹੋਵੇ ਗੱਲਾਂ ਹੋਰ ਕਰੇ ਅਤੇ ਕਰਮ ਹੋ ਤੇਰੇ ਹੋਰ ਹੋਣ। ਇਸ ਲਈ ਜਦੋਂ ਤੂੰ ਜੋ ਸੋਚਿਆ ਉਹ ਬੋਲੇਗਾ ਅਤੇ ਉਹੋ ਹੀ ਕਰੇਗਾ,
ਤਾਂ ਫਿਰ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ। ਉਹ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਣ ਨਾਲ ਤੇਰੇ ਜੀਵਨ ਦਾ ਉਹ ਕਰਮ ਸਫਲ ਹੋ ਜਾਏਗਾ। ਮਨ, ਵਚ, ਕਰਮ, ਤਿੰਨੋਂ ਚੀਜ਼ਾਂ ਸੰਸਾਰ ਅੰਦਰ ਅਸੀਂ ਦੇਖਾਂਗੇ। ਚੰਗੀਆਂ ਸੋਚਾਂ ਸੋਚ ਕੇ ਕਿਤਾਬਾਂ ਲਿਖੀ ਜਾਂਦੇ ਨੇ, ਪਰ ਆਪ ਕੁਛ ਵੀ ਨਹੀਂ ਕੀਤਾ। ਚੰਗੀਆਂ ਗੱਲਾਂ ਕਰਨ ਵਾਲੇ ਸਟੇਜਾਂ 'ਤੇ ਕਰੀ ਜਾਂਦੇ ਨੇ, ਪਰ ਆਪਾਂ ਆਪ ਕੁਝ ਨਹੀਂ ਕੀਤਾ। ਅਸੀਂ ਰੋਜ਼ ਲਿਖਦੇ ਹਾਂ। ਅਤੇ ਗੁਰੂ ਕਹਿੰਦੇ ਨੇ ਜਿੰਨੀ ਦੇਰ ਤਿੰਨੋਂ ਚੀਜ਼ਾਂ ਇਕੱਠੀਆਂ ਨਹੀਂ ਹੋਈਆਂ, ਮੈਂ ਤਾਂ ਸੋਚੀ ਪਿਆ ਹੋਇਆ ਕਿਵੇਂ ਇਹਨਾਂ ਦਾ ਉਪਾਅ ਕਿਵੇਂ ਕਰਾਂ। ਮਨ, ਵਚ, ਕਰਮ, ਹਰ ਗੁਣ ਨਹੀਂ ਗਾਏ ਜੀ ਸੋਚ ਦਰੋ। ਮੈਂ ਇਹ ਵੀ ਫਿਕਰ ਕਰਨਾ, ਇਹ ਵੀ ਮੈਨੂੰ ਸੰਸਾ ਬਣਿਆ ਹੋਇਆ, ਚਿੰਤਾ ਲੱਗੀ ਹੋਈ ਹੈ ਕਿ ਮੈਂ ਹੁਣ ਤੱਕ ਇਹਨਾਂ ਤਿੰਨਾਂ ਨੂੰ ਇਕੱਠਿਆਂ ਨਹੀਂ ਕਰ ਸਕਿਆ। ਦਿਖਾਵਾ ਜ਼ਿਆਦਾ ਕੀਤਾ, ਸੋਚਾਂ ਸੋਚਦਾ ਰਿਹਾ ਕੀਤਾ ਕੁਝ ਨਹੀਂ, ਗੱਲਾਂ ਕਰਦਾ ਰਿਹਾ ਕੀਤਾ ਕੁਝ ਨਹੀਂ, ਇਹਨਾਂ ਤਿੰਨਾਂ ਨੂੰ ਇਕੱਠਾ ਨਹੀਂ ਕੀਤਾ। ਮਨ, ਵਚ, ਕਰਮ, ਹਰ ਗੁਣ ਨਹੀਂ ਗਾਏ ਯਹ ਜੀ ਸੋਚ ਧਰੋ। ਅਖੀਰ ਤੇ ਇੱਕੋ ਹੀ ਤਰੀਕਾ ਰਹਿ ਗਿਆ, ਉਹ ਹੈ ਤੇਰੇ ਤੇਰੀ ਸ਼ਰਨ ਵਿੱਚ ਆਉਣ ਦਾ। ਬਸ ਤੂੰ ਸੁਣਿਆ ਪਤਤ ਪਾਵਨ ਹੈ ਗੁਨਾਹਗਾਰਾਂ ਨੂੰ ਜਿਨ੍ਹਾਂ ਨੇ ਕੁਝ ਨਹੀਂ ਕੀਤਾ, ਜੇ ਉਹ ਵੀ ਤੇਰੀ ਸ਼ਰਨ ਆ ਜਾਣ ਤਾਂ ਤੂੰ ਉਹਨਾਂ ਦੀ ਬਾਂਹ ਫੜ ਲੈਣਾ ਹੈ। ਕਹੋ ਨਾਨਕ ਬਿਰਧ ਪਛਾਣੋ, ਜੇ ਤੂੰ ਆਪਣਾ ਜਿਹੜਾ ਬਿਰਧ ਪਤਤ ਪਾਵਨ ਹੈ ਨਾ ਉਹ ਪਛਾਣ ਲੈ, ਉਹਦੇ ਵਿੱਚ ਆ ਜਾਏ ਤਾਂ ਫਿਰ ਮੇਰਾ ਉਧਾਰ ਹੋ ਸਕਦਾ, ਮੈਂ ਵੀ ਕਿਨਾਰੇ ਲੱਗ ਸਕਦਾ। ਨਹੀਂ ਤਾਂ ਮੇਰੀ ਹਾਲਤ ਤਾਂ ਦਿਨ ਰਾਤ ਚਿੰਤਾ ਫਿਕਰ ਦੀ ਇਹੋ ਜਿਹੀ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਬਾਰੇ ਬਰਸ ਬਾਲ ਪਣ ਬੀਤੇ ਬਾਰੇ ਬਰਸ ਬਾਲ ਪਣ ਬੀਸ ਬਰਸ ਕਿਛ ਤਪ ਨਾ ਕੀਓ ਤੀਸ ਬਰਸ ਕਿਛ ਦੇਵ ਨਾ ਪੂਜਾ ਫਿਰ ਪਛਤਾਨਾ ਬਿਰਧ ਭਇਓ ਨੈਣੋ ਨੀਰ ਬਹਿ ਤਨ ਖੀਨਾ ਫਿਰ ਪਛਤਾਨਾ ਬਿਰਧ ਭਇਓ ਨੈਣੋ ਨੀਰ ਬਹਿ ਤਨ ਖੀਨਾ ਭੈ ਕੇਸ ਦੁਧਵਾਨੀ ਰੁਦਾ ਕੰਠ ਸ਼ਬਦ ਨਹੀਂ ਉੱਚਰੈ ਰੁਦਾ ਕੰਠ ਸ਼ਬਦ ਨਹੀਂ ਉੱਚਰੈ ਅਬ ਕਿਆ ਕਰੈ ਪਰਾਣੀ ਅਬ ਮੈਂ ਕੌਣ ਉਪਾਉ ਕਰੋ। ਵਕਤ ਗੁਜ਼ਰ ਗਿਆ,
ਅਤੇ ਬੀਤਿਆ ਹੋਇਆ ਲੰਘਿਆ ਹੋਇਆ ਸਮਾਂ ਕਦੀ ਵਾਪਸ ਨਹੀਂ ਆਉਂਦਾ। ਹੁਣ ਮੈਂ ਉਸਦੀ ਰਿਕਵਰੀ ਕਿਵੇਂ ਕਰਾਂ? ਮੇਰੇ ਕੋਲ ਕੋਈ ਸਾਧਨ ਨਹੀਂ। ਲਓ ਆ ਫਿਕਰ ਹੈ। ਹੋਰ ਮੇਰਾ ਮਕਸਦ ਕੋਈ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਸਬਜੈਕਟ ਨੂੰ ਅੱਜ ਇੱਥੇ ਛੇੜਿਆ ਹੈ, ਜਿਹੜਾ ਸਾਨੂੰ ਇੱਕ ਚੇਤਾਵਨੀ ਦਿੰਦਾ ਹੈ। ਤੂੰ ਆਪਣੇ ਹਿਰਦੇ ਦੇ ਫਿਕਰ ਜਿੰਨੇ ਨੇ ਹੈਨ, ਫਿਕਰਾਂ ਦਾ ਬੱਝਿਆ ਹੋਇਆ ਮਨੁੱਖ, ਇਹਦੇ ਵਿੱਚ ਕੋਈ ਦੋ ਰਾਇਆਂ ਨਹੀਂ। ਪਰ ਉਹਨਾਂ ਫਿਕਰਾਂ ਦੀ ਲਿਸਟ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਲਿਸਟ ਵੀ ਸ਼ਾਮਲ ਕਰ ਲੈ। ਬਸ ਆਹ ਮਸਲਾ ਹੈ, ਉਹ ਨਹੀਂ ਕਰ ਰਿਹਾ। ਗੁਰੂ ਕਹਿੰਦੇ ਨੇ, ਤੀਸ ਬਰਸ ਕਿਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਉ। ਮੇਰੀ ਮੇਰੀ ਕਰਤੇ ਜਨਮ ਗਇਓ, ਅਬ ਮੈਂ ਕੌਣ ਉਪਾਉ ਕਰੋ। ਮੇਰੀ ਮੇਰੀ ਕਰਤੇ ਜਨਮ ਗਇਓ, ਥਰ ਹਰ ਕੰਪੇ। ਹੁਣ ਜੀਉ ਕੰਬਦਾ, ਪਰ ਸਮਾਂ ਗੁਜ਼ਰ ਗਿਆ। ਅਬ ਮੈਂ ਕੌਣ ਉਪਾਉ ਕਰੋ। ਦੇਖਿਓ, ਫਿਕਰ ਚਿੰਤਾ ਬਹੁਤ ਜ਼ਰੂਰੀ ਹੈ, ਲੇਕਿਨ ਫਿਕਰ ਚਿੰਤਾ ਕੁਛ ਸਵਾਰਦੀ ਨਹੀਂ ਜੇ ਉਪਾਉ ਨਾ ਹੋਵੇ ਤਾਂ। ਮਨੁੱਖ ਚਿੰਤਾ ਹੀ ਕਰੀ ਜਾ, ਕਰੇ ਕੁਝ ਨਾ। ਸਾਡੇ ਆਮ ਜੀਵਨ ਦੀ ਗੱਲ ਹੈ, ਅਸੀਂ ਚਿੰਤਾ ਦੇ ਬੱਝੇ ਹੋਏ ਹਾਂ, ਲੇਕਿਨ ਚਿੰਤਾਵਾਂ ਵਿੱਚੋਂ ਕਿਹੜੀ ਕਿਹੜੀ ਚਿੰਤਾ ਦੇ ਉਪਾਅ ਵਿੱਚ ਅਸੀਂ ਸਫਲ ਹੁੰਦੇ ਹਾਂ? ਹਰ ਚਿੰਤਾ ਦਾ ਕੋਈ ਉਪਾਅ ਹੈ, ਐਸੀ ਗੱਲ ਕੋਈ ਨਹੀਂ। ਉਪਾਅ ਦੇ ਸਿਰ 'ਤੇ ਹੀ ਮਨੁੱਖ ਦੀ ਸਫਲਤਾ ਹੈ। ਜਿੰਨਾ ਕੁਝ ਹੋ ਰਿਹਾ ਦੁਨੀਆ ਅੰਦਰ, ਉਹ ਉਪਾਅ ਦਾ ਹੀ ਇੱਕ ਵੱਖਰਾ ਰੂਪ ਹੈ ਹਰ ਕਿਸੇ ਕੋਲ। ਅਤੇ ਗੁਰੂ ਨੇ ਇਹੋ ਗੱਲ ਆਖੀਏ, ਕਹਿਣ ਲੱਗੇ, ਮੈਂ ਕੰਬਣਾ ਬਾਲਾ ਜੀਓ, ਜਿਵੇਂ ਬੱਚਾ ਡਰਦਾ ਨਾ ਕੋਈ ਗੁਨਾਹ ਕਰ ਲੈ, ਕੋਈ ਗਲਤੀ ਕਰ ਲੈ, ਅਤੇ ਡਰਦਾ ਬਾਪੂ ਘਰ ਆਉਣ ਵਾਲਾ ਪੁੱਛੇਗਾ ਅਤੇ ਕੀ ਜਵਾਬ ਦੇਵਾਂਗਾ। ਪਰ ਇੱਕ ਖਿਆਲ ਕਰਿਓ, ਲਾਇਕ ਪੁੱਤਰ ਹੀ ਡਰਦਾ ਹੈ, ਨਲਾਇਕ ਨਹੀਂ ਡਰਦਾ। ਕਹਿਣ ਲੱਗੇ, ਸਰ ਹਰ ਕੰਪੇ ਬਾਲਾ ਜੀਓ। ਬਾਲਾ ਕਹਿੰਦੇ ਨੇ ਬੱਚਾ, ਇਹ ਜੀਓ ਇੱਕ ਬੱਚਾ ਹੈ, ਇਹਨੂੰ ਕੋਈ ਬਹੁਤੀ ਸਿਆਣਪ ਨਹੀਂ, ਤਨਾਈ ਨਹੀਂ, ਗਲਤੀਆਂ ਕਰਦਾ ਹੈ, ਜੀਵਨ ਇਸ ਦੀਆਂ ਗਲਤੀਆਂ ਨਾਲ ਭਰਿਆ ਪਿਆ ਹੈ। ਪਰ ਕਮ ਸੇ ਕਮ ਡਰ ਤਾਂ ਹੋਵੇ ਨਾ, ਵੀ ਬਾਪੂ ਆਏਗਾ ਪੁੱਛੇਗਾ। ਜਿਹੜਾ ਡਰੇਗਾ ਉਹ ਜ਼ਰੂਰ ਬਚੇਗਾ ਵੀ, ਜੇ ਇੱਕ ਵਾਰ ਗਲਤੀ ਕੀਤੀ ਉਹ ਦੂਜੀ ਵਾਰ ਨਹੀਂ ਕਰੇਗਾ। ਕਿਉਂ? ਕਿਉਂਕਿ ਉਹਨੂੰ ਡਰ ਹੈ। ਗੁਰੂ ਕਹਿੰਦੇ ਹਰ ਹਰ ਕੰਪ ਹੈ,
ਬਾਲਾ ਜੀਓ ਨਾ ਜਾਣਾ ਕਿਆ ਕਰਸੀ ਪੀਓ। ਪਤਾ ਨਹੀਂ ਬਾਪੂ ਕਿੰਨਾ ਨਾਰਾਜ਼ ਹੋਵੇਗਾ, ਨਾ ਜਾਣਾ ਕਿਆ ਕਰਸੀ ਪੀਓ। ਰਹਿਣ ਗਈ ਮਤ ਦਿਨ ਵੀ ਜਾਏ ਰਾਤ, ਭਾਵ ਜਵਾਨੀ ਤਾਂ ਗਵਾ ਲਈ ਵਿਸ਼ੇ ਵਿਕਾਰਾਂ ਵਿੱਚ, ਦੁਨੀਆਂ ਦੇ ਆਹ ਕਾਰੋਬਾਰਾਂ ਵਿੱਚ, ਕਿਤੇ ਬੁਢੇਪਾ ਦਿਨ ਵੀ ਨਾ ਬੀਤ ਜਾਏ। ਕਿਉਂਕਿ ਦਿਨ ਚਾਨਣ ਹੁੰਦਾ, ਸਫੈਦੀ ਦੀ ਨਿਸ਼ਾਨੀ ਹੈ, ਇਸ ਲਈ ਇੱਥੇ ਬੁਢੇਪੇ ਨੂੰ ਸਫੈਦੀ ਆਖਿਆ। ਅਤੇ ਰਾਤ ਕਾਲੀ ਹੁੰਦੀ ਹੈ, ਕਾਲੇ ਰੋਮ ਹੁੰਦੇ ਨੇ, ਕਾਲੇ ਵਾਲ ਹੁੰਦੇ ਨੇ, ਇਸ ਲਈ ਜਵਾਨੀ ਨੂੰ ਰਾਤ ਦਾ ਨਾਮ ਦਿੱਤਾ ਹੈ। ਰਹਿਣ ਗਈ ਮਤ ਦਿਨ ਵੀ ਜਾਏ, ਜਵਾਨੀ ਤਾਂ ਚਲੀ ਗਈ ਵਿਕਾਰਾਂ ਵਿੱਚ, ਕਿਤੇ ਬੁਢੇਪਾ ਵੀ ਨਾ ਗਵਾ ਲਈ। ਫਿਕਰ ਹੈ, ਚਿੰਤਾ, ਹਰ ਹਰ ਕੰਪੇ ਬਾਲਾ ਜੀ, ਨਾ ਜਾਣਾ ਕਿਆ ਕਰਸੀ ਪੀਊ। ਰਹਿਣ ਗਈ ਮਤ ਦਿਨ ਵੀ ਜਾਏ, ਭਵਰ ਗਏ, ਭਵਰ ਕਾਲਾ ਹੁੰਦਾ ਹੈ, ਅਤੇ ਕਾਲਖ ਕਾਲੇ ਰੋਮ ਜਿਹੜੇ ਨੇ, ਇਹ ਨਿਸ਼ਾਨੀ ਨੇ ਜਵਾਨੀ ਦੀ, ਭਾਵ ਜਵਾਨੀ ਚਲੀ ਗਈ, ਭਫਰ ਗਏ, ਬੱਗ ਬੈਠੇ ਆਏ। ਬੱਗ ਦਾ ਮਤਲਬ ਸਫੈਦ ਵਾਰ, ਆਪਾਂ ਕਹਿੰਦੇ ਫਲਾਣੇ ਨੂੰ ਬੱਗੇ ਆ ਗਏ। ਸਤਿਗੁਰੂ ਵੀ ਕਹਿੰਦੇ ਨੇ ਕਿਤੇ ਬੁਢੇਪਾ ਦੀ ਨਿਸ਼ਾਨੀ ਇਹ ਹੋਏ, ਭਫਰ ਗਏ, ਬੱਗ ਬੈਠੇ ਆਏ, ਬਗਲੇ ਆ ਗਏ, ਬੁਢੇਪਾ ਆ ਗਿਆ। ਜਿਹਨੇ ਸਾਬਤ ਕਰ ਦਿੱਤਾ ਤੂੰ ਤੂੰ ਕੁਝ ਗਵਾ ਰਿਹਾ ਅਤੇ ਗਵਾ ਬੈਠਾ, ਚਿੰਤਾ ਕਰ। ਹੁਣ ਤੇਰੇ ਕੋਲ ਜਵਾਨੀ ਵਾਪਸ ਨਹੀਂ ਆਉਣੀ। ਜੇ ਤੂੰ ਖਰੀਦਣਾ ਚਾਹੇ, ਖਰੀਦ ਕੇ ਵੀ ਜਵਾਨੀ ਵਾਪਸ ਨਹੀਂ ਲਿਆ ਸਕੇਗਾ। ਜਵਾਨੀ ਖਰੀਦੀ ਨਹੀਂ ਜਾਂਦੀ, ਕੈਪਸੂਲ ਖਰੀਦੇ ਜਾ ਸਕਦੇ ਨੇ, ਇੰਜੈਕਸ਼ਨ ਖਰੀਦੇ ਜਾ ਸਕਦੇ ਨੇ, ਡਾਕਟਰ ਖਰੀਦੇ ਜਾ ਸਕਦੇ ਨੇ, ਪਰ ਸਭ ਕੁਝ ਦੁਨੀਆ ਅੰਦਰ ਹੈ, ਫਿਰ ਮਨੁੱਖ ਬੁੱਢਾ ਕਿਉਂ ਹੋ ਰਿਹਾ ਹੈ? ਡਾਕਟਰ ਹੈ ਨਾ, ਮੇਰੇ ਡਾਕਟਰ ਨੇ ਕੈਪਸੂਲ ਵੀ ਹੈ ਨਾ, ਜਿਨ੍ਹਾਂ ਦੇ ਤੇ ਲਿਖਿਆ ਬੜੀ ਸ਼ਕਤੀ ਹੈ ਇਹਨਾਂ ਵਿੱਚ। ਸਭ ਕੁਝ ਹੋਣ ਦੇ ਬਾਵਜੂਦ ਵੀ ਮਨੁੱਖ ਅੰਦਰ ਬੁਢੇਪਾ ਤਨ ਵਿੱਚ ਆ ਜਾਣਾ ਸੁਭਾਵਿਕ ਹੈ। ਕਿਉਂ ਆ ਰਿਹਾ? ਕਿਉਂਕਿ ਉਹ ਖਰੀਦਿਆ ਜਾ ਸਕਦੀਆਂ ਚੀਜ਼ਾਂ ਨਾਲ ਖਰੀਦਿਆ ਨਹੀਂ ਜਾ ਸਕਦਾ, ਇਹਨੂੰ ਤੂੰ ਬਦਲ ਨਹੀਂ ਸਕੇਗਾ। ਇਹ ਸਮਾਂ ਲੰਘ ਗਿਆ ਜਿਹੜਾ ਜਵਾਨੀ ਦਾ, ਉਹ ਚਲਾ ਗਿਆ। ਹੁਣ ਤੂੰ ਅਗਲਾ ਫਿਕਰ ਕਰ। ਲਓ, ਫਿਕਰ ਬਦਲਦੇ ਨੇ ਨਾ। ਸੰਸੇ ਦਾ ਆਖਰੀ ਅਰਥ ਮੈਂ ਇਸ ਲਈ ਅਰਜ਼ ਕੀਤੀ ਸੀ ਵੀ ਇਸ ਸ਼ਬਦ ਦਾ ਮੁੱਖ ਬਚਨ ਜਿਹੜਾ ਉਹ ਹੈ ਸੰਸਾ, ਕਿਉਂਕਿ ਸੰਸੇ ਦੇ ਦੁਆਲੇ ਖੜਾ ਹੈ ਉਪਾਅ ਅਤੇ ਸੰਸੇ ਦੀ ਲਿਸਟ। ਕਹਿਣ ਲੱਗੇ ਉਹ ਸਾਰਾ ਟਾਈਮ ਨਿਕਲ ਗਿਆ, ਹੁਣ ਜਵਾਨੀ ਵੀ ਵਾਪਸ ਨਹੀਂ ਆਉਣੀ, ਈਵਨ ਬੁਢੇਪਾ ਵੀ ਵਾਪਸ ਨਹੀਂ ਆਉਣਾ।
ਬਾਕੀ ਇਸ ਤੋਂ ਅੱਗੇ ਕੀ ਹੈ ਬੁਢੇਪੇ ਤੋਂ ਬਾਅਦ, ਉਹਦਾ ਹੀ ਫਿਕਰ ਕਰ ਲੈ। ਗੁਰੂ ਨੇ ਉਹਦਾ ਵੀ ਜ਼ਿਕਰ ਕੀਤਾ ਅਤੇ ਕਹਿਣ ਲੱਗੇ, ਕਿਆ ਜਾਣਨਾ ਕਿਆ ਜਾਣਨਾ ਕਿ ਮਰੇਂਗੇ। ਆਹ ਵੀ ਫਿਕਰ ਕਰ ਲੈ, ਕਦੀ ਅਸੀਂ ਇਹ ਵੀ ਫਿਕਰ ਨਹੀਂ ਕੀਤਾ, ਸਾਨੂੰ ਤਾਂ ਸੰਸਾਰ ਵੀ ਕੋਈ ਨਹੀਂ। ਸਾਡੇ ਸੰਸਿਆਂ ਸਾਡੇ ਫਿਕਰਾਂ ਦੀ ਲੰਬੀ ਲਿਸਟ ਵਿੱਚ ਇੱਕ ਆਖਰੀ ਜਿਹੜਾ ਫਿਕਰ ਸੀ ਨਾ, ਉਹ ਵੀ ਕੋਈ ਨਹੀਂ, ਕਿਉਂਕਿ ਅਸੀਂ ਮਰਨ ਦੀ ਗੱਲ ਵੀ ਨਹੀਂ ਸੁਣਨਾ ਚਾਹੁੰਦੇ। ਕਿਸੇ ਚਾਰ ਆਦਮੀਆਂ ਵਿੱਚ ਪਰਿਵਾਰ ਵਿੱਚ ਬੈਠਿਆ ਹੋਇਆ ਕੋਈ ਮੌਤ ਦੀਆਂ ਗੱਲਾਂ ਵਾਰ ਵਾਰ ਕਰੇ ਨਾ, ਆਖੀ ਤਾਂ ਕੋਈ ਚੰਗੀ ਗੱਲ ਕਰ, ਹੈ ਇਹ ਗੱਲ ਵੀ ਚੰਗੀ ਨਹੀਂ ਲੱਗਦੀ। ਗੁਰੂ ਨੇ ਬਾਣੀ ਵਿੱਚ ਹੀ ਆਖਿਆ, ਕਹਿਣ ਲੱਗੇ, ਜੱਗ ਮਰਨ ਨਾ ਬਹਾਇਆ ਨਿਤ ਆਪ ਲੁਕਾਇਆ। ਹਮੇਸ਼ਾ ਮੌਤ ਕੋਲੋਂ ਆਪਣੇ ਆਪ ਨੂੰ ਛੁਪਾ ਡਰਾ ਕੇ ਰੱਖਦਾ ਹੈ, ਹਾਲਾਂਕਿ ਉਹ ਹਰ ਥਾਂ 'ਤੇ ਪਹੁੰਚ ਜਾਂਦੀ ਹੈ। ਉਹਨੂੰ ਉਹਦਾ ਦਰਵਾਜ਼ਾ ਕੋਈ ਹੋੜਦਾ ਨਹੀਂ, ਉਹਨੂੰ ਕਿਸੇ ਵੀਜ਼ੇ ਦੀ ਲੋੜ ਨਹੀਂ। ਪਰ ਜੱਗ ਮਰਨ ਨਾ ਬਹਾਇਆ ਨਿਤ ਆਪ ਲੁਕਾਇਆ, ਮਤ ਜਮ ਪਕਰੇ ਲੈ ਜਾਏ ਜੀਓ। ਗੁਰੂ ਬਾਣੀ, ਗੁਰੂ ਕਹਿੰਦੇ ਨੇ ਆਖਰੀ ਫਿਕਰ ਇਸ, ਜੇ ਤੂੰ ਇੰਨਾ ਵੀ ਚਿੰਤਾ ਕਰ ਲਵੇ ਨਾ, ਕਿਆ ਜਾਣਨਾ ਕਿਆ ਜਾਣਨਾ ਕਿ ਮਰੇਂਗੇ ਕੈਸਾ ਮਰਨਾ ਹੋਏ। ਲਓ ਆ ਚਿੰਤਾ ਕਰ, ਕਿਉਂਕਿ ਜੀਵਨ ਮਿਲਿਆ, ਜਨਮ ਮਿਲਿਆ ਮਰਨ ਸਵਾਰਨ ਲਈ। ਲਓ ਇੱਕ ਗੱਲ ਦੁਆਰਫੀ ਅਰਜ਼ ਕਰਾਂ, ਜਨਮ ਜੀਵਨ ਮਿਲਿਆ ਤਾਂ ਕਿ ਤੂੰ ਆਪਣੀ ਮੌਤ ਸਵਾਰ ਸਕੇ। ਤੇਰੇ ਜਾਣ ਤੋਂ ਬਾਅਦ ਦੁਨੀਆ ਤੈਨੂੰ ਯਾਦ ਕਰੇ, ਕੋਈ ਤੇਰਾ ਵਿਛੋੜਾ ਅਹਿਸਾਸ ਕਰੇ, ਤੇਰੇ ਜਾਣ ਤੋਂ ਬਾਅਦ ਕੋਈ ਖੁਸ਼ੀ ਨਾ ਮਨਾਵੇ। ਯਾਦ ਉਹੀ ਕਰੇਗਾ ਜਿੰਦਾ ਤੂੰ ਭਲਾ ਕੀਤਾ ਹੋਵੇਗਾ। ਪੈਰ ਹੋਵੇ ਗੁਣ ਸਾਰ ਸੰਭਾਲੇ, ਜਿਹਦੇ ਨਾਲ ਤੂੰ ਕੋਈ ਗੁਣ ਕੀਤਾ ਹੋਵੇਗਾ ਨਾ, ਭਲਾ ਕੀਤਾ ਹੋਵੇਗਾ, ਉਹੋ ਹੀ ਤੇਰੇ ਜੇ ਜਾਣ ਤੋਂ ਬਾਅਦ ਅੱਖਾਂ 'ਚ ਉਥਰੂ ਲਿਆਏਗਾ। ਕਹਿਣ ਲੱਗੇ, ਭਲਿਆ ਇੰਨਾ ਭਲਾ ਦੁਨੀਆ ਅੰਦਰ ਕਰਕੇ ਜਾ, ਇੰਨੇ ਗੁਣ ਖਿਲਾਰ ਕੇ ਜਾ ਕਿ ਹਰ ਅੱਖ ਤੇਰੇ ਜਾਣ ਤੋਂ ਬਾਅਦ ਅੱਖਾਂ ਵਿੱਚ ਅੱਥਰੂ ਲੈ ਕੇ ਤੇਰੇ ਸਤਿਕਾਰ ਲਈ ਖੜੀ ਹੋਵੇ। ਤੈਨੂੰ ਪਤਾ ਹੋਵੇ ਮਰਨਾ ਕੀ ਹੈ, ਜੀਵਨ ਮਿਲਿਆ ਮਰਨ ਸਵਾਰਨ ਲਈ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਮੈਨੂੰ ਕੋਈ ਫਿਕਰ ਹੈ, ਇਹ ਵੀ ਚਿੰਤਾ। ਲਓ ਚਿੰਤਾ ਦੀ ਵੱਡੀ ਲਿਸਟ ਵਿੱਚ ਇੱਕ ਆ ਵੀ ਚਿੰਤਾ ਸ਼ਾਮਿਲ ਕਰ ਦਿੱਤੀ। ਕਹਿਣ ਲੱਗੇ, ਕਿਆ ਜਾਣਨਾ ਕਿ ਮਰੇਂਗੇ ਕੈਸਾ ਮਰਨਾ ਹੋਏ। ਅਤੇ ਜਵਾਬ ਵੀ ਨਾਲ ਹੀ ਦੇ ਦਿੱਤਾ, ਆਪਾਂ ਸਵੇਰੇ ਇਹਦਾ ਖਿਲਾਰਾ ਪਾਵਾਂਗੇ। ਉਹ ਜਵਾਬ ਵੀ ਇੱਕ ਲਾਈਨ ਵਿੱਚ ਦੇ ਦਿੱਤਾ, ਜੇਕਰ ਸਾਹਿਬ ਮਨੋ ਨਾ ਵਿਸਰੇ
ਤਾਂ ਸੈਲਾ ਮਰਨਾ ਹੋਏ। ਬੜਾ ਸਵਾਲ ਜਵਾਬ ਹੈ। ਬਸ ਇਹ ਉਪਾਅ ਹੈ, ਜੇ ਤੂੰ ਚਿੰਤਾ ਕਰ ਲਵੇਂ ਜਿਹੜੇ ਵੱਡੇ ਨੁਕਸਾਨ ਤੇਰੇ ਹੋ ਰਹੇ ਨੇ ਉਸਦੀ ਚਿੰਤਾ ਫਿਕਰ ਕਰ ਲਵੇਂ, ਤਾਂ ਫਿਰ ਉਪਾਅ ਇਹ ਹੈ ਕਿ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਵੇ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਅਬ ਮੈਂ ਕੌਣ ਉਪਾਅ ਕਰੋ, ਅਬ ਮੈਂ ਕੌਣ ਉਪਾਅ ਕਰੋ, ਜੈ ਬਿਦ ਮਨ ਕੋ ਸੰਸਾਰ ਚੁਕੈ, ਜੈ ਬਿਦ ਮਨ ਕੋ ਸੰਸਾਰ ਚੁਕੈ, ਭਵਨੇ ਤੇ ਪਾਰ ਪਰੋ, ਭਵਨੇ ਤੇ ਪਾਰ ਪਰੋ, ਅਬ ਮੈਂ ਚਿੰਤਾਵਾਂ ਦੀ, ਫਿਕਰਾਂ ਦੀ, ਦੁੱਖਾਂ ਦੀ ਪੰਡ ਭਰੀ ਹੋਈ ਹੈ, ਹੈ ਅਤੇ ਉਹਦੇ ਵਿੱਚ ਆਹ ਚਿੰਤਾ ਆਹ ਫਿਕਰ ਵੀ ਨਾਲ ਨਾਲ ਰੱਖੀਏ ਕਿ ਅਸੀਂ ਅੱਗਾ ਕਿਵੇਂ ਸਵਾਰਨਾ ਹੈ। ਬਸ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਚੇਤਾਵਨੀ ਦੇਣਾ ਚਾਹੁੰਦੇ ਨੇ। ਆਪਾਂ ਸਵੇਰੇ ਫਿਰ ਵਿਚਾਰ ਲਾਂਗੇ ਕਿ ਇਹਦਾ ਅਗਲਾ ਹਿੱਸਾ ਇਹ ਫਿਕਰ ਮਿਟਦੇ ਕਿਵੇਂ ਨੇ, ਕਿਉਂਕਿ ਮਿਟਾਉਣ ਉਪਾਅ ਤਾਂ ਲੱਭਣਾ ਹੀ ਹੈ ਨਾ। ਇੱਥੇ ਵੀ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਪਾਅ ਦੀ ਮੰਗ ਕੀਤੀ ਹੈ ਨਾ, ਅਬ ਮੈਂ ਕੌਣ ਉਪਾਅ ਕਰਾਂ। ਲਓ ਉਹ ਉਪਾਅ ਆਪਾਂ ਸਵੇਰੇ ਵਿਚਾਰਾਂਗੇ ਇਹਨਾਂ ਸ਼ਬਦਾਂ ਨਾਲ। ਖਿਮਾ ਦਾ ਜਾ ਚੱਕਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।